ਉਹਦਾ ਨਾਂ ਜੀ ਜਸਕਰਨ ਸਿੰਘ ਆ ਤੇ ਉਹਦੇ ਪਿਤਾ ਜੀ ਦਾ ਨਾਂ ਗੁਰਦੀਪ ਸਿੰਘ ਆ ਉਹ ਗੋਆ ਦੇ ਵਿੱਚ ਇਦਾਂ ਕੰਪਨੀ 'ਚ ਮਤਲਬ ਕਿ ਜੋਬ 'ਤੇ ਸੀ ਅਤੇ ਮਤਲਬ ਕਿ ਜਦੋਂ ਕੰਪਨੀ ਉੱਥੇ ਮਤਲਬ ਕਿ ਉਹਨੂੰ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਸੀ ਕੰਮ ਕਰਦਿਆਂ ਨੂੰ ਅਤੇ ਬਾਅਦ 'ਚੋਂ ਫਿਰ ਉਹਨੂੰ ਥੋੜ੍ਹਾ ਕੁ ਉਹ ਗਿਆ ਫਰਵਰੀ ਦੇ ਵਿੱਚ ਗਿਆ ਸੀ ਠੀਕ ਆ ਫਰਵਰੀ ਦੇ ਵਿੱਚ ਗਿਆ ਸੀ ਅਤੇ ਉਹਨੇ ਬਾਅਦ 'ਚ ਮੈਨੂੰ ਫੋਨ ਲਾ ਕੇ ਇੱਦਾਂ ਸੱਦਿਆ ਅਤੇ ਮੈਂ ਉੱਥੇ ਗਿਆ ਅਤੇ ਇੱਦਾਂ ਫਿਰ ਮੈਨੂੰ ਡੇਢ ਮਹੀਨਾ ਹੋ ਗਿਆ ਉੱਥੇ ਕੰਮ ਕਰਦਿਆਂ ਨੂੰ ਅਤੇ ਬਾਅਦ 'ਚ ਫਿਰ ਇੱਦਾਂ ਹੀ ਸ਼ੈੱਡ ਡਾਊਨ ਹੋ ਗਿਆ ਕੰਪਨੀ ਦਾ ਅਤੇ ਬਾਅਦ 'ਚ ਫਿਰ ਉਹਨਾਂ ਇੱਦਾਂ ਹੀ ਜਦੋਂ ਸ਼ੈੱਡ ਡਾਊਨ ਹੋਇਆ ਅਤੇ ਉਹਨਾਂ ਕੰਪਨੀ ਨੇ ਸਾਰਾ ਪਲਾਂਟ ਮਤਲਬ ਕਿ ਬੰਦ ਕਰਤਾ ਸੀ ਅਤੇ ਹੁਣ ਬਾਕੀ ਸਾਨੂੰ ਪੱਕਾ ਕਨਫਰਮ ਨਹੀਂ ਪਤਾ ਵੀ ਉਹਨਾਂ ਨੇ ਪੂਰਾ ਵੀ ਕੀਤਾ ਵੀ ਹੈਗਾ ਸੀ ਕਿ ਨਹੀਂ ਕੀਤਾ ਅਤੇ ਬਾਕੀ ਜਦੋਂ ਕੰਪਨੀ ਨੇ ਪਰਮਿਟ ਦਿੱਤਾ ਕੰਮ ਕਰਨ ਦਾ ਉਹ ਸੁਪਰਵਾਈਜ਼ਰ ਨੂੰ ਅਤੇ ਸੁਪਰਵਾਈਜ਼ਰ ਨੇ ਗਾਂ ਇਹਨਾਂ ਕਰਨ ਉਹਨਾਂ ਨੂੰ ਕਿਹਾ ਵੀ ਤੁਸੀਂ ਉਹ ਟੈਂਕ ਸੀ ਜਿਹੜਾ ਜਿਹਨਾਂ ਦੇ ਨਾਲ ਇਹਨਾਂ ਦੀ ਮੌਤ ਹੋ ਚੁੱਕੀ ਆ ਕਾਹਦਾ ਟੈਂਕ ਸੀਗਾ ਉਹ ਜੀ ਕੈਮੀਕਲ ਵਾਲਾ ਟੈਂਕ ਸੀ ਜਿਹੜੀ ਕੰਪਨੀ ਸੀਗੀ ਉਹਦਾ ਨਾਂ ਵਗੈਰਾ ਕੀ ਸੀ ਕਿੱਥੇ ਕਰਕੇ ਪੈਂਦੀ ਸੀ ਇਹ ਜਿਹੜੀ ਕੰਪਨੀ ਸੀ ਨਾ ਇਹ ਗੋਆ ਦੇ ਵਿੱਚ ਮੜਗਾਓਂ ਜਿਹੜਾ ਸ਼ਹਿਰ ਸੀ ਨਾ ਉਹਦੇ ਮਤਲਬ ਕਿ ਪਿੰਡ ਸੀ ਇੱਕ ਬਿਰਲਾ ਇਹ ਉਹਦੇ ਵਿੱਚ ਜਵਾਹਰੀ ਨਗਰ ਦੇ ਕੋਲ ਜਵਾਹਰੀ ਐਗਰੋ ਕੈਮੀਕਲਸ ਕੰਪਨੀ ਦਾ ਨਾਂ ਆ ਕੀ ਚੀਜ਼ ਬਣਦੀ ਉੱਥੇ ਉੱਥੇ ਯੂਰੀਆ ਖਾਦ ਬਣਦੀ ਆ ਹਾਂਜੀ ਅਤੇ ਕੀ ਜਿਹੜਾ ਮਤਲਬ ਕਿ ਟੈਂਕਰ ਵਗੈਰਾ ਫਟਿਆ ਉਹ ਕਾਹਦਾ ਟੈਂਕਰ ਸੀਗਾ ਉਹ ਜੀ ਇੱਦਾਂ ਕੈਮੀਕਲ ਦਾ ਗੈਸ ਦਾ ਸੀ ਉਹ ਕਿਸ ਤਰ੍ਹਾਂ ਹਾਦਸਾ ਕਿਸ ਤਰ੍ਹਾਂ ਵਾਪਰਿਆ ਹਾਦਸਾ ਇੱਦਾਂ ਵਾਪਰਿਆ ਕਿ ਜਦੋਂ ਉਹਨਾਂ ਕੰਪਨੀ ਵਾਲਿਆਂ ਨੇ ਪਰਮਿਟ ਦਿੱਤਾ ਸੁਪਰਵਾਈਜ਼ਰ ਨੂੰ ਅਤੇ ਸੁਪਰਵਾਈਜ਼ਰ ਨੇ ਗਾਂ ਇਹਨਾਂ ਕਰਨ ਉਹਨਾਂ ਨੂੰ ਕਿਹਾ ਵੀ ਤੁਸੀਂ ਉੱਤੇ ਜਾ ਕੇ ਇਹਦਾ ਮਤਲਬ ਕਿ ਕਟਿੰਗ ਕਰੋ ਇਹਦੀ ਉਹ ਨਟ ਜੰਗਾਲੇ ਸੀ ਉਹ ਖੁੱਲਦੇ ਨਹੀਂ ਪਏ ਅਤੇ ਉਹ ਜਦੋਂ ਉਹਨਾਂ ਨੇ ਫਿਰ ਕਿਹਾ ਵੀ ਇਹਨਾਂ ਕਟਿੰਗ ਸੈੱਟ ਨਾਲ ਇਹਨੂੰ ਕੱਟਿਆ ਜਾਵੇ ਜਦੋਂ ਉਹਨਾਂ ਨੇ ਕਟਿੰਗ ਸੈੱਟ ਤਿਆਰ ਕੀਤਾ ਅਤੇ ਇਹ ਇੱਕ ਕਟਿੰਗ ਸੈੱਟ ਜਿਹੜਾ ਚਲਾਉਂਦੇ ਉਹ ਬਿਹਾਰ ਦਾ ਬੰਦਾ ਸੀ ਅਤੇ ਇੱਕ ਸਾਡਾ ਸੁਪਰਵਾਈਜ਼ਰ ਜਿਹੜਾ ਉਹ ਹੈਗਾ ਸੀ ਬੰਗਾਲ ਦਾ ਅਤੇ ਇੱਕ ਸਾਡਾ ਕਰਨ ਜੋ ਕਿ ਕਲਸੀਆਂ ਕਲਾਂ ਪਿੰਡ ਦਾ ਸੀ ਇਹ ਤਿੰਨੇ ਉੱਪਰ ਸੀ ਅਤੇ ਜਿਹੜਾ ਬਿਹਾਰ ਦਾ ਬੰਦਾ ਸੀ ਉਹ ਕਟਿੰਗ ਸੈੱਟ ਮਤਲਬ ਕਿ ਸਾਰਾ ਕੁਝ ਗੈਸ ਗੂੰਸ ਸਭ ਠੀਕ ਕਰਕੇ ਅਜੇ ਉਹ ਲੈਟਰ ਨਾਲ ਅਜੇ ਅੱਗ ਲਾਉਣ ਹੀ ਲੱਗਾ ਸੀ ਅਤੇ ਅਚਾਨਕ ਟੈਂਕ ਫਟ ਗਿਆ ਬਲਾਸਟ ਹੋ ਗਿਆ ਬਲਾਸਟ ਹੋ ਗਿਆ ਇਹਨਾਂ ਦੀ ਮੌਕੇ 'ਤੇ ਮੌਤ ਹੋ ਗਈ ਮੌਕੇ 'ਤੇ ਮੌਤ ਹੋ ਗਈ ਕੰਪਨੀ ਮਤਲਬ ਕਿ ਜਿਹੜਾ ਡੈੱਡ ਬੋਡੀ ਹੋ ਗਈ ਕੰਪਨੀ ਨੇ ਬਚਾਈ ਹੈ ਸਾਰੀ ਨਹੀਂ ਕੰਪਨੀ ਨੇ ਇਹ ਜਿਹੜੀ ਸਾਡੀ ਕੰਪਨੀ ਦਾ ਨਾਂ ਦਿੱਤਾ ਜਿਹਨੂੰ ਬੁਕਾਰੋ ਇਹ ਉਹਨੇ ਸਾਰਾ ਕੁਝ ਕੀਤਾ ਹੈ ਅਤੇ ਵੀ ਜੀ ਸੁਣਨ ਦੇ ਵਿੱਚ ਆਇਆ ਵੀ ਬੱਚਾ ਬਹੁਤ ਗਰੀਬ ਪਰਿਵਾਰ ਦੇ ਨਾਲ ਹਾਂਜੀ ਬਹੁਤ ਬਹੁਤ ਗਰੀਬ ਪਰਿਵਾਰ ਤੋਂ ਆਏ ਦੀ ਫੈਮਿਲੀ ਜਿਹੜੀ ਉੱਥੇ ਗੋਆ ਤੱਕ ਪਹੁੰਚ ਵੀ ਨਹੀਂ ਸਕੀ ਅਤੇ ਇਸ ਕਰਕੇ ਉਹਦੀ ਸਾਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਜਿਹਦੇ ਕਰਕੇ ਉਹਨਾਂ ਨੇ ਬੋਕਾਰੋ ਕੰਪਨੀ ਨੇ ਵੀ ਟਿਕਟ ਵਗੈਰਾ ਬੁੱਕ ਕੀਤੀ ਉਹ ਜਿਸ ਕਰਕੇ ਮੈਂ ਫਿਰ ਇਹਨੂੰ ਕਰਨ ਨੂੰ ਆਪਣੇ ਨਾਲ ਪਿੰਡ 'ਚ ਲੈ ਗਿਆ ਵੀ ਕੀ ਮੰਗ ਕਰਦੇ ਜੋ ਪੰਜਾਬ ਸਰਕਾਰ ਤੋਂ ਅਤੇ ਜਿਹੜੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਕਿਉਂਕਿ ਪਰਿਵਾਰ ਮਾਤੜ ਆ ਕੋਈ ਮਾਲੀ ਸਹਾਇਤਾ ਵਗੈਰਾ ਹਾਂਜੀ ਉਹਦੀ ਮੰਗ ਇਹੋ ਕਰਦੇ ਹਾਂ ਵੀ ਜੋ ਵੀ ਗਰੀਬ ਪਰਿਵਾਰ ਆ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਜੋ ਵੀ ਮੰਗ ਇਹ ਪਰਿਵਾਰ ਕਰੂਗਾ ਇਹਨਾਂ ਦੀ ਮੰਗ ਪੂਰੀ ਕੀਤੀ ਜਾਵੇ ਭਾਅ ਜੀ ਜਿਹੜੇ ਜਸਕਰਨ ਸਿੰਘ ਵੀਰ ਆ ਜਿਹੜੇ ਗੋਆ ਦੇ ਵਿੱਚ ਹਾਦਸਾਗ੍ਰਸਤ ਹੋਏ ਆ ਜਿਹਨਾਂ ਦੀ ਡੈਥ ਹੋਈ ਆ ਕੀ ਲੱਗਦੇ ਸੀਗੇ ਤੁਹਾਡੇ ਕੀ ਗੱਲ ਹੋਈ ਆ ਉਹਨਾਂ ਦੇ ਨਾਲ ਉਹਨਾਂ ਨਾਲ ਵੀਰ ਜੀ ਆਪਣੇ ਕਮਾਲੋ ਕੰਮ ਵਾਸਤੇ ਗਏ ਉਹਨਾਂ ਦੀ ਉੱਥੇ ਡੈਥ ਹੋ ਗਈ ਕਾਹਦਾ ਕੰਮ ਕਰਦੇ ਸੀ ਕੋਈ ਪਤਾ ਹੈ ਕੰਪਨੀ 'ਚ ਵੀਰ ਜੀ ਗਏ ਸਾਨੂੰ ਨਹੀਂ ਪਤਾ ਵੀ ਉੱਥੇ ਕੀ ਹੋਇਆ ਕੀ ਨਹੀਂ ਕਿੱਦਣ ਦੀ ਗੱਲ ਹੈ ਇਹਨੂੰ ਕੁਝ ਵੀਰ ਜੀ 3 ਤਰੀਕ ਦੀ ਮੰਗਲਵਾਰ ਦੀ ਗੱਲ ਆ 4 ਤਰੀਕ ਦੀ ਅਤੇ ਡੈੱਡ ਬੋਡੀ ਆ ਗਈ ਪਿੰਡ ਹਾਂਜੀ ਕੀ ਮੰਗ ਕਰਦੇ ਜੋ ਕੰਪਨੀ ਤੋਂ ਅਤੇ ਪੰਜਾਬ ਸਰਕਾਰ ਤੋਂ ਮੰਗ ਵੀਰ ਜੀ ਇਹ ਕਰਦੇ ਹਾਂ ਵੀ ਸਾਡਾ ਕੋਈ ਅਸੀਂ ਆਪਣੇ ਘਰੋਂ ਘਰਾਂ ਵਾਲੀਆਂ ਵਾ ਸਾਡਾ ਪਿਓ ਆ ਭਰਾ ਵਾ ਸਾਡੀ ਮਾਂ ਹੈਨੀ ਆ ਤਾਂ ਯਾਰ ਨੇ ਉਹਨਾਂ ਨੂੰ ਕੋਈ ਜੋ ਵੀ ਸਰਕਾਰ ਉਹਨਾਂ ਵਾਸਤੇ ਕਰ ਸਕਦੀ ਆ ਮਾਲੀ ਸਹਾਇਤਾ ਵਗੈਰਾ ਹਾਂਜੀ ਵੀਰ ਜੀ ਕੀ ਨਾਮ ਹੈ ਆਪਣਾ ਸੁਖਚੈਨ ਸਿੰਘ ਜੀ ਜਸਕਰਨ ਸਿੰਘ ਜਿਨ੍ਹਾਂ ਦੀ ਗੋਆ ਦੇ ਵਿੱਚ ਇੱਕ ਕੰਪਨੀ ਦੇ ਵਿੱਚ ਹਾਦਸੇ ਦੌਰਾਨ ਡੈਥ ਹੋਈ ਕੀ ਲੱਗਦੀ ਸੀ ਬ੍ਰਦਰ ਸੀ ਵੀਰ ਜੀ ਮੇਰੇ ਕੀ ਗੱਲ ਹੋਈ ਆ ਉਹਨਾਂ ਨੂੰ ਨਾਲ ਸਰ ਕੰਮ 'ਤੇ ਗਏ ਘਰੋਂ ਕੰਮ ਕਰਨ ਗਏ ਆ ਵੀ ਕਮਾਵਾਂਗੇ ਤਾਂ ਲਿਆਵਾਂਗੇ ਬੇਰੁਜ਼ਗਾਰੀ ਕਰਕੇ ਗਏ ਸੀ ਚਲੋ ਉਹਨਾਂ ਨਾਲ ਹਾਦਸਾ ਵਾਪਰਿਆ ਹੁਣ ਉੱਥੇ ਉਹਨਾਂ ਨੂੰ ਕੰਪਨੀ ਨੂੰ ਪਤਾ ਕੀ ਉੱਥੇ ਵਾਪਰਿਆ ਕਾਹਦਾ ਕਰਕੇ ਵਾਪਰਿਆ ਕਿਸ ਕਰਕੇ ਇਹਨਾਂ ਦਾ ਨੁਕਸਾਨ ਹੋਇਆ ਕਿੰਨੇ ਜਾਣੇ ਨਾਲ ਹੋਰ ਵੀ ਕੋਈ ਮੈਂ ਸੁਣਿਆ ਨਾ ਹੈ 3 ਜਾਣੇ ਸਰ 3 ਜਾਣੇ ਆ ਤਿੰਨਾਂ ਦੀ ਡੈਥ ਹੋ ਗਈ ਆ ਵੀ ਜੀ ਕੰਪਨੀ ਨੇ ਭੇਜੀ ਆ ਡੈੱਡ ਬੋਡੀ ਹਾਂਜੀ ਕੰਪਨੀ ਨੇ ਸਰ ਭੇਜੀ ਆ ਕਿੰਨੇ ਭੇਜੀ ਸਾਨੂੰ ਇਹ ਨਹੀਂ ਸਾਡੇ ਤੋਂ ਅਤੇ ਬੋਡੀ ਇੱਥੇ ਆਈ ਆ ਵੀ ਜੀ ਕੋਈ ਕੰਪਨੀ ਨੇ ਕੋਈ ਮਾਲੀ ਸਹਾਇਤਾ ਦੇਣ ਦਾ ਕੋਈ ਤੁਹਾਨੂੰ ਕੀਤਾ ਹੋਵੇ ਮੰਗ ਮੁੰਗ ਤੁਸੀਂ ਕੀਤੀ ਉਹਨਾਂ ਨੂੰ ਸਰ ਉਹਨਾਂ ਨੇ ਕਿਹਾ ਤਾਂ ਹੈਗਾ ਵਾ ਵੀ ਅਸੀਂ ਜੋ ਵੀ ਇੱਥੋਂ ਲੈ ਕੇ ਲਾਸ਼ ਪਿੰਡ ਤੱਕ ਜੋ ਖਰਚਾ ਬਣੂ ਅਸੀਂ ਦੇਵਾਂਗੇ
ਉਹ ਤਾਂ ਵੀਰ ਜੀ ਚਲੋ ਉਹ ਕੰਪਨੀ ਦਾ ਹੀ ਫਰਜ਼ ਬਣਦਾ ਹੈ, ਲੇਕਿਨ ਜਿਹੜੇ ਮੁੰਡੇ ਦੀ ਡੈਥ ਹੋ ਚੁੱਕੀ ਆ, ਪੰਜਾਬ ਸਰਕਾਰ ਤੇ ਕੰਪਨੀ ਤੋਂ ਕੀ ਮੰਗ ਕਰਦੇ ਜੋ? ਅਸੀਂ ਸਰ ਕਰਦੇ ਹਾਂ ਵੀ ਘਰੋਂ ਅਸੀਂ ਬਹੁਤ ਗਰੀਬ ਹਾਂ, ਜੋ ਪੰਜਾਬ ਸਰਕਾਰ ਨੂੰ ਕੰਪਨੀ ਨੂੰ ਚੰਗਾ ਲੱਗੇ ਉਹ ਸਾਡੇ ਲਈ ਕੀਤਾ ਜਾਵੇ।